ਵਾਲੇਕੁਮ ਜੀ ਮੇਰੀ ਪਿਆਰੀ YouTube ਫੈਮਿਲੀ, ਮੈਂ ਕਾਦੀ ਹਾਂ। ਤੁਸੀਂ ਕਰੇ ਨਾ ਲੋਗੇ, ਤੁਸੀਂ ਦੇਖੋ ਮੇਰਾ YouTube ਚੈਨਲ ਆਵਨਾ ਸਰਦ ਮੇ ਦੁਆ। ਤੁਸੀਂ ਚਲੋ ਸਵਾਸਤੇ ਰਹੋ, ਪਤਾ ਰਹੋ, ਸ਼ਾਂਤ ਰਹੋ, ਸ਼ਬਾਨ ਰਹਿ ਰਹੋ। ਸਾਜੀ ਕਾ ਜੇ ਮੇਰੇ ਪਿਆਰੇ ਭਾਈ, ਮੈਂ ਚਾਹ ਕੇ ਨਹੀਂ ਆਗਾ। ਮੈਂ ਚੈਨਲ ਸਬਸਕ੍ਰਾਈਬ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦੇ ਬਟਨ ਦਬਾ ਦਿਓ, ਸਾਰੇ ਸਾਰੇ ਵੀਡੀਓ ਬਾਅਦ ਆ ਜਾਣ ਮੇਰੇ ਪਿਆਰੇ ਨੂੰ। ਹਾਂਜੀ ਹੈਲੋ ਹੈਲੋ। ਚਲੋ ਗਾਇਸ, ਅੱਜ ਆਪਾਂ ਆਸਾਨ ਜਿਹੀ ਰੈਸਪੀ ਬਣਾ ਲਾਂਗੇ, ਬਹੁਤ ਮਜ਼ੇਦਾਰ ਹੋਣ ਵਾਲੀ ਹੈ, ਠੀਕ ਹੋ ਗਿਆ ਗਾਇਸ। ਅੱਜ ਵਲੌਗ ਅਗਰ ਵੀਡੀਓ ਲਾਈਕ ਅੱਛੀ ਲੱਗੇ ਤਾਂ ਕਮੈਂਟ 'ਚ ਲਾਜ਼ਮੀ ਦੱਸਣਾ। ਵਾਸਤੇ ਚਲੋ ਆਇਸ਼ਾ, ਹਮ ਕਿਆ ਬਣਾਉਣੇ ਲੱਗੇ ਹਾਂ? ਆਮ ਕਾ ਮੁਰੱਬਾ। ਕਿਸ ਚੀਜ਼ ਕਾ? ਆਮ ਕਾ ਮੁਰੱਬਾ ਬਣਾਉਣੇ ਲੱਗੇ ਹਾਂ। ਹਾਂਜੀ ਗਾਇਸ, ਪਾਣੀ ਬਾਇਲ ਹੋਣ ਦੀ ਵਾ, ਅਤੇ ਹੁਣ ਆਪਾਂ ਵਿੱਚ ਅੰਬ ਐਡ ਕਰਦੇ ਹਾਂ ਵਿੱਚ। ਹਾਂ ਚਲੋ ਜੀ ਗਾਇਸ, ਸਾਡੇ ਕੋਲ ਕੱਲ੍ਹ ਬਹੁਤ ਜ਼ਿਆਦਾ ਹਨੇਰਾ ਆਇਆ ਸੀ, ਬਾਰਿਸ਼ ਵਗੈਰਾ ਆਈ ਅਤੇ ਕਾਫੀ ਨੁਕਸਾਨ ਵਗੈਰਾ ਵੀ ਹੋ ਗਿਆ ਵਾ। ਅਤੇ ਗਾਇਸ, ਕੱਲ੍ਹ ਦੀ ਬਿਲਕੁਲ ਲਾਈਟ ਨਹੀਂ ਆ, ਮੋਬਾਈਲ ਵੀ ਬਹੁਤ ਮੁਸ਼ਕਿਲ ਨਾਲ ਚਾਰਜਿੰਗ ਕੀਤਾ ਵਾ। ਚੱਲ ਇੱਧਰ ਆ ਨਾ, ਇੱਧਰ ਆ, ਬਾਅਦ ਤੋਂ ਸੁਣੋ। ਹਾਂਜੀ ਗਾਇਸ, ਹੁਣ ਥੋੜ੍ਹਾ ਜਿਹਾ ਵਿੱਚ ਨਮਕ ਐਡ ਕਰਦੇ ਹਾਂ। ਦੇ ਦਿਓ ਮੁਝੇ। ਹਾਂਜੀ ਗਾਇਸ, ਚਲੋ ਹੁਣ ਆਪਾਂ ਤਕਰੀਬਨ 5-10 ਮਿੰਟ ਵੇਟ ਦਿੰਦੇ ਹਾਂ, ਬਾਇਲ ਹੁੰਦਾ ਤੇ ਉਸ ਤੋਂ ਬਾਅਦ ਦੇਖਦੇ ਆਪਾਂ ਕੀ ਕਰਦੇ ਹਾਂ ਤੇ ਕੀ ਨਹੀਂ। ਜੇ ਟਾਈਮ ਦਿੱਤਾ ਸੀ ਉੱਥੇ ਹੋ ਗਿਆ ਵਾ ਮੁਕੰਮਲ, ਤੇ ਚਲੋ ਹੁਣ ਆਪਾਂ ਇਹਨਾਂ ਥੋੜ੍ਹੇ ਜਿਹੇ ਦਬਾ ਕੇ ਦੇਖਦੇ ਹਾਂ ਆਪਣਾ ਅੰਬ ਹੋਏ ਵੀ ਆ ਕਿ ਬਸ ਨਹੀਂ। ਹਾਂਜੀ ਗਾਇਸ, ਆਪਣੇ ਜਿਹੜੇ ਅੰਬ ਆ ਉਹ ਹੋ ਗਿਆ, ਤੇ ਹੁਣ ਗਾਇਸ ਦੇਖਦੇ ਹਾਂ ਅੱਗੇ ਇਹਨਾਂ ਦਾ ਆਪਾਂ ਕੀ ਕਰਨਾ ਉਸ ਨਹੀਂ। ਹਾਂਜੀ ਗਾਇਸ, ਇਹਨੂੰ ਆਪਾਂ ਅੱਛੇ ਤਰੀਕੇ ਨਾਲ ਅੰਬਾਂ ਨੂੰ ਬਾਇਲ ਕਰ ਲਿਆ, ਵੇਟ ਦਿੱਤਾ ਸੀਗਾ, ਤੇ ਹੁਣ ਆਪਾਂ ਅੰਬਾਂ ਨੂੰ ਟੋਕੇ 'ਚ ਰੱਖਾਂਗੇ ਤੇ ਪਾਣੀ ਇਹਦਾ ਨੀਚੇ ਨਿਕਲ ਜਾਏਗਾ। ਸਾਡੇ ਨਾਲ ਨਾਰਾਜ਼ ਹੋ ਕੇ ਜਾਣ ਦਿਆ, ਆਪਣਾ ਪਤਾ ਨਹੀਂ ਕਿਹੜੀ ਗੱਲ ਤੋਂ ਬਹਿਸ ਹੋਈ ਆ, ਤੇ ਕੋਈ ਨੀ, ਖੈਰ ਮੈਨੂੰ ਵੇਖ ਕੇ ਨਾ ਰੁਕ ਗਈ ਆ। ਪਹਿਲੇ ਸ਼ੂਗਰ ਇਸ ਕੰਦਰ ਐਡ ਕਰਨਾ, ਦੇਣਾ ਹਮ ਚੀਨੀ ਨਾ, ਚੀਨੀ ਪਹਿਲੇ ਇਸ ਕੰਦਰ ਹਮ ਦੇਖ ਕੇ ਨਾ ਐਡ, ਇਹ ਦੇਖੋ ਚੀਨੀ ਦੇਤੀ ਹੂੰ। ਅਬ ਹਮ ਚਾਸ ਬਣਾਏਂਗੇ, ਕਿਆ ਬਣਾਏਂਗੇ ਵੋ ਗਾਇਸ ਕੋ ਬਤਾਓ ਨਾ। ਚਲੋ ਬਸ ਗਰਮ ਹੈ, ਕੌਣ ਸਾ ਲੋ ਗਰਮ ਗਾਇਸ ਦੇਖੋ ਸ਼ਾਇਦ। ਅੱਛਾ ਗਾਇਸ, ਹੁਣ ਆਪਾਂ ਵਿੱਚ ਪਾਣੀ ਥੋੜ੍ਹਾ ਜਿਹਾ ਐਡ ਕਰਦੇ, ਫਿਰ ਆਪਾਂ ਚਾਸਣੀ ਬਣਾਉਂਦੇ ਹਾਂ। ਚਲ ਹਾਂਜੀ ਗਾਇਸ, ਹੁਣ ਆਪਾਂ ਉੱਪਰ ਰੱਖਤਾ, ਚਾਹ ਸਾਬਣੀ ਹੋ ਜਾਏਗੀ ਬਹੁਤ ਜਲਦ ਤਿਆਰ। ਹਾਂਜੀ ਗਾਇਸ, ਚਾਸ ਤੇ ਕਮਾਸ਼ਾਲਾ ਆਪਣੀ ਹੋ ਰਹੀ ਆ ਤਿਆਰ, ਤੇ ਬਦਾਮ ਵਿੱਚ ਐਡ ਕੀਤਾ, ਤੇ ਹੁਣ ਆਪਾਂ 5-6 ਤੇ ਇਲਾਚੀ ਵਿੱਚ ਐਡ ਕਰਾਂਗੇ, ਠੀਕ ਹੋ ਗਿਆ ਗਾਇਸ। ਫਿਰ ਆ ਗਏ ਹੁਣ ਕਸਕਾਸ, ਹੁਣ ਕਸਕਾਸ ਐਡ ਕਰਦੇ ਹਾਂ।
ਚੰਗਾ ਇਸ ਕਸਕਾਸ ਇਹਨੂੰ ਪਹਿਲੇ ਮੈਂ ਭਿਗੋ ਕੇ ਰੱਖਿਆ ਸੀ ਤਕਰੀਬਨ ਅੱਧਾ ਘੰਟਾ ਪਹਿਲੇ, ਕਿਉਂਕਿ ਇਹਨੂੰ ਭਿਗੋ ਕੇ ਰੱਖਣਾ ਪੈਂਦਾ ਵਾ, ਇਹਦੇ ਵਿੱਚ ਹੁੰਦੀ ਹੈ ਰੇਤੋ, ਜਿਹੜੀ ਰੇਤੋ ਹੁੰਦੀ ਹੈ ਨੀਚੇ ਬਹਿ ਜਾਂਦੀ ਹੈ, ਕਸਕਾਸ ਸਾਰੀ ਉੱਪਰ ਉੱਪਰ ਆ ਜਾਂਦੀ ਹੈ, ਅਤੇ ਦੇਖੋ ਮੈਂ ਸਾਰੀ ਐਕਸੈਟ ਕਰ ਰਹੀ ਹਾਂ, ਕਰ ਲਈ ਹੈ, ਅਤੇ ਰੇਤੋ ਜਿਹੜੀ ਉਹ ਐਕਸੈਟ ਹੋ ਗਈ ਆ। ਤੁਹਾਨੂੰ ਚਾਟ ਕਰਦੇ ਹਾਂ, ਮੁਰੱਬਾ ਹੋ ਜਾਏਗਾ ਤਿਆਰ। ਖੁਸ਼ਬੂ ਬਹੁਤ ਜ਼ਬਰਦਸਤ ਆਉਂਦੀ ਹੈ। ਤੇ ਹੁਣ ਕਰਦੇ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭਾਈ ਨੂੰ ਮੇਰੀ ਵੀਡੀਓ ਅੱਛੀ ਲੱਗੇ, ਲਾਈਕ ਸਬਸਕ੍ਰਾਈਬ ਕਰੇ, ਤਾਂ ਹਰ ਵੀਡੀਓ ਬਸ ਆਉਣ ਨਾਲ ਮੇਰੇ ਪਿਆਰੇ ਭਾਈ ਪਹੁੰਚ ਕੇ ਮਿਲਾਂਗੇ ਕਿਸੇ ਵੀਡੀਓ ਚਲਾ ਪਲੀਜ਼।